ਦੇਖੋ ਸਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤੱਕੜੀ ਦੀ ਬੇਇੱਜ਼ਤੀ ਨਾ ਕਰਾਉਣ, ਤੱਕੜੀ ਦੀ ਬੇਅਦਬੀ ਨਾ ਕਰਨ, ਤੱਕੜੀ ਦੇ ਨਾਲ ਖੜਨ। ਤੱਕੜੀ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ। ਤੱਕੜੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥ ਦਰਦੀਆਂ ਦੇ ਪੰਥਕ ਸਫਾਂ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ। ਮਤਲਬ ਇਸ ਤਰ੍ਹਾਂ ਦਾ ਵਰਤਾਓ ਨਹੀਂ ਹੋਣਾ ਚਾਹੀਦਾ ਜੋ ਜਲੰਧਰ ਪੱਛਮੀ ਸੀਟ ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਕੀਤਾ ਜਾ ਰਿਹਾ। ਦੇਖੋ ਸਪਸ਼ਟ ਰੂਪ ਵਿੱਚ ਮੈਂ ਪਹਿਲਾਂ ਵੀ ਜੋ ਇਹਨਾਂ ਨੇ ਵੀ ਸਵਾਲ ਕੀਤਾ ਸੀ, ਸਪਸ਼ਟ ਰੂਪ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੇ ਤੱਕੜੀ ਨੂੰ ਪਿਆਰ ਕਰਦੇ ਨੇ, ਜਿਹੜੇ ਪੰਥ ਦਰਦੀ ਨੇ, ਪੰਥ ਹਿਤੈਸ਼ੀ ਨੇ, ਉਹ ਲਾਜ਼ਮੀ ਤੌਰ ਤੇ ਤੱਕੜੀ ਦੇ ਨਾਲ ਖੜਨਗੇ, ਤੱਕੜੀ ਨੂੰ ਜਿਤਾਉਣ ਵਿੱਚ ਹਿੱਸਾ ਪਾਉਣਗੇ। ਔਰ ਮੈਂ ਅਪੀਲ ਵੀ ਕੀਤੀ ਹੈ ਵੀ ਸਾਰੇ ਆਓ, ਮਦਦ ਕਰੀਏ। ਦੇਖੋ ਇਹ ਤੁਸੀਂ ਜਲੰਧਰ ਵਾਲੇ ਜ਼ਿਆਦਾ ਜਾਣਦੇ ਹੋ, ਜੱਗ ਜਾਹਰ ਆ ਸਾਰੀ ਗੱਲ। ਮੈਂ ਤੁਹਾਨੂੰ ਦੱਸਦਾ ਵੀ ਜੋ ਕੁਛ ਵਾਪਰਿਆ ਉਹ ਮਦਭਾਗਾ ਸੀ, ਜੋ ਕੁਛ ਹੋਇਆ ਬੜਾ ਮਦਭਾਗਾ ਸੀ। ਔਰ ਉਹਦੇ ਲਈ ਸੂਬਾ ਸਰਕਾਰ ਜਿਹੜੀ ਜ਼ਿੰਮੇਵਾਰ ਆ, ਸੂਬਾ ਸਰਕਾਰ ਦੇ ਜਿਹੜੇ ਇਹ ਹੱਥ ਕੰਡੇ ਨੇ, ਘਨਾਉਣੀਆਂ ਕਾਰਵਾਈਆਂ ਨੇ, ਨੀਵੀਂ ਪੱਧਰ ਦੀਆਂ ਕਾਰਵਾਈਆਂ ਨੇ, ਉਹੀ ਨੂੰ ਸੂਬਾ ਸਰਕਾਰ ਨੂੰ ਲੈ ਮਰਨਗੀਆਂ। ਜਿਸ ਦਿਨ ਬੀਬੀ ਸੁਰਜੀਤ ਕੌਰ ਨਾਲ ਉਹਨਾਂ ਨੇ ਵਰਤਾਓ ਕੀਤਾ, ਵਿਵਹਾਰ ਕੀਤਾ, ਇਹ ਸਮਝ ਲਓ ਉਸ ਦਿਨ ਆਪ ਪਾਰਟੀ ਨੇ ਆਪਣੀ ਹਾਰ ਦੇ ਬਰੜ ਤੇ ਨਾ ਦਸਖਤ ਕਰ ਲਏ। ਮਤਲਬ ਹਾਰ ਆਪਣੀ ਪੱਕੀ ਯਕੀਨੀ ਬਣਾ ਲਈ ਕਿ ਇੱਕ ਵਿਧਵਾ ਹੋਵੇ, ਇੱਕ ਗਰੀਬ ਔਰਤ ਹੋਵੇ ਤੇ ਇੱਕ ਔਰਤ ਹੋਵੇ ਤੇ ਉਹਦੇ ਤੇ ਇਸ ਤਰ੍ਹਾਂ ਦਾ ਵਿਵਹਾਰ ਸਰਕਾਰੀ ਸ਼ਕਤੀ ਰਾਹੀਂ ਕੀਤਾ ਜਾਂਦਾ ਹੋਵੇ ਤਾਂ ਲੋਕ ਉਹਨੂੰ ਪਸੰਦ ਨਹੀਂ ਕਰਦੇ। ਔਰ ਬੀਬੀ ਜੀ ਹੋਰੀ ਵੀ ਜੇ ਸਰਕਾਰ ਦੇ ਸ਼ਿਕੰਜੇ ਤੋਂ ਦਬਾਅ ਤੋਂ ਨਿਕਲ ਕੇ ਆਏ ਨੇ ਤਾਂ ਲੋਕਾਂ ਦੀ ਜਿਹੜੀ ਭਾਵਨਾ ਹੈ, ਜਿਹੜੇ ਵੋਟਰ ਨੇ, ਜੋ ਉਹਨਾਂ ਦੀ ਭਾਵਨਾ ਸੀ, ਉਹਨਾਂ ਦੀ ਇੱਛਾ ਸੀ, ਜਾਂ ਕਹਿ ਲਓ ਉਹਨਾਂ ਦੀ ਜਿਹੜੀ ਸ਼ਕਤੀ ਸੀ, ਉਹਨਾਂ ਨੇ ਹੀ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਸਰਕਾਰੀ ਸ਼ਕਤੀ ਦੀ ਥਾਂ ਤੇ ਲੋਕਾਂ ਦੀ ਸ਼ਕਤੀ ਅੱਗੇ ਝੁਕਣਾ ਠੀਕ ਆ। ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ ਸਰਕਾਰ ਨੇ ਜਿਸ ਤਰ੍ਹਾਂ ਦੇ ਹੱਥ ਕੰਡੇ ਵਰਤੇ ਨੇ, ਜੋ ਸ਼ਕਤੀ ਇਸਤੇਮਾਲ ਹੋਈ ਆ, ਇਹ ਕੌਣ ਆਪਣੇ ਆਪ ਕੌਣ ਜਾਂਦਾ, ਤੇ ਫੇਰ ਵੀ ਤਾਂ ਉਹ ਆਏ ਹੀ ਨੇ ਜਦੋਂ ਲੋਕਾਂ ਦੀ ਸ਼ਕਤੀ ਤੇ ਲੋਕਾਂ ਦਾ। ਦੇਖੋ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਜਾਂ ਇੱਕ ਘੇਰਾ ਪਾ ਕੇ ਵਾਤਾਵਰਨ ਬਣਾਇਆ ਜਾਂਦਾ ਤਾਂ ਕੁਦਰਤੀ ਤੌਰ ਤੇ ਕਈ ਵਾਰੀ ਬੰਦੇ ਤੋਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ। ਪਰ ਕੁੱਲ ਮਿਲਾ ਕੇ ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਵੀ ਜਿਹੜੇ ਸਰਕਾਰੀ ਸ਼ਕਤੀ, ਸਰਕਾਰੀ ਦਬਾਅ ਤੇ ਸਰਕਾਰੀ ਹੱਥ ਕੱਢਿਆਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਭਾਈਚਾਰੇ ਤੇ ਆਪਣੇ ਲੋਕਾਂ ਨਾਲ, ਆਪਣੇ ਵੋਟਾਂ ਨਾਲ ਆ ਕੇ ਖੜੇ, ਔਰ ਇਸੇ ਕਰਕੇ ਲੋਕ ਉਹਨਾਂ ਦੀ ਕਦਰ ਕਰਨਗੇ ਔਰ ਲੋਕ ਉਹਨਾਂ ਦੇ ਨਾਲ ਖੜਨਗੇ ਔਰ ਅਸੀਂ ਵੀ ਇਸੇ ਕਰਕੇ ਉਹਨਾਂ ਦੇ ਨਾਲ ਖੜੇ। ਦਸ ਦੀ ਜਿਹੜੀ ਚੋਣ ਆ ਤੇ 13 ਨੂੰ ਨਤੀਜਾ ਨਿਕਲਣਾ, ਦੱਸ ਦਾਂਗੇ ਕਿਹੜਾ ਕਿੱਥੇ ਖੜਾ। ਔਰ ਸਾਨੂੰ ਪਤਾ ਵੀ ਲੋਕ ਜਿਹਦੇ ਨਾਲ ਧੱਕਾ ਹੁੰਦਾ, ਜਿਹਦੇ ਨਾਲ ਬੇਇਨਸਾਫੀ ਹੁੰਦੀ ਆ, ਲੋਕ ਉਹਦੇ ਨਾਲ ਖੜਦੇ ਆ। ਮੈਂ ਦੋ ਦਿਨ ਪਹਿਲਾਂ ਲਾ ਕੇ ਗਿਆ, ਤੁਸੀਂ ਯਕੀਨ ਕਰਿਓ, ਰਾਜਪਾਲ ਜੀ ਬੈਠੇ ਨੇ, ਅਸੀਂ ਮੀਟਿੰਗਾਂ ਕੀਤੀਆਂ, ਲੋਕਾਂ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਆ, ਲੋਕਾਂ ਦੇ ਵਿੱਚ ਹਮਦਰਦੀ ਦੀ ਲਹਿਰ ਤਾਂ ਬੀਬੀ ਜੀ ਲਈ ਪਹਿਲਾਂ ਹੀ ਸੀ। ਪਰ ਜਿਸ ਦਿਨ ਸਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੱਕੜੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ, ਉਸ ਦਿਨ ਹਮਦਰਦੀ ਉਹਨਾਂ ਨੂੰ ਦੁੱਗਣੀ ਹੋ ਗਈ। ਤੇ ਜਿਸ ਦਿਨ ਸਰਕਾਰ ਨੇ ਉਹਨਾਂ ਨੇ ਧੱਕਾ ਕੀਤਾ, ਸਰਕਾਰੀ ਸ਼ਕਤੀ ਦੇ ਨਾਲ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ, ਉਸ ਦਿਨ ਹਮਦਰਦੀ ਚੌਗਣੀ ਹੋ ਗਈ। ਤੇ ਜਿਸ ਦਿਨ ਉਹ ਲੋਕਾਂ ਦੀ ਭਾਵਨਾ ਦੀ ਕਦਰ ਕਰਕੇ ਤੱਕੜੀ ਫੜ ਕੇ ਫੇਰ ਮੈਦਾਨ ਦੇ ਵਿੱਚ ਆਏ ਨੇ, ਉਸ ਦਿਨ ਉਹਨਾਂ ਦੀ ਜਿਹੜੀ ਹਮਦਰਦੀ ਦੀ ਲਹਿਰ ਆ ਉਹ 100 ਗੁਣਾ ਵੱਧ ਗਈ। ਸੋ ਇਸ ਲਈ ਇਹ ਨਤੀਜਾ 13 ਨੂੰ ਜਿਹੜਾ ਨਿਕਲੇਗਾ, ਮੈਂ ਸਮਝਦਾ
ਉਹ ਹਮਦਰਦੀ ਦੇ ਹੱਕ ਵਿੱਚ ਨਿਕਲੇਗਾ। ਉਹ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਅਸੀਂ ਗਏ ਸੀ, ਦੇਖੋ ਇਹ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਆਪਣੀ ਖਿਮਾ ਜਾਚਕਾ ਦਾ ਪੱਤਰ ਦੇ, ਅਸੀਂ ਆਪਣੀ ਗਲਤੀਆਂ ਜਿਹੜੀ ਸੀ ਉਹਦਾ ਸਵੀਕਾਰ ਕਰ ਲਈ, ਉਹ ਤਾਂ ਬਾਕੀ ਉਹਨਾਂ 'ਤੇ ਡਿਪੈਂਡ ਕਰਦਾ ਅੱਗੇ ਉਹਨਾਂ ਨੇ ਕੀਤਾ।